ਮੁੰਬਾ ਵਿੱਚ ਪਹਿਲਾ ਖੇਡ ਮੇਲਾ ਕਰਵਾਇਆ ਗਿਆ ਜੋ ਕਿ ਦੀਵਾਲੀ ਨੂੰ ਵਿਸ਼ੇਸ਼ ਰੱਖ ਕੇ ਕਰਵਾਇਆ ਗਿਆ। ਜੀ ਮੈਂ ਹਾਂ ਹਰਜਨ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ 7CTV ਆਸਟ੍ਰੇਲੀਆ। ਅਸੀਂ ਪਹੁੰਚੇ ਹਾਂ ਜੀ ਅੱਜ ਟੁਮੁੰਬਾ ਦੀ ਧਰਤੀ ਜਿੱਥੇ ਹੋ ਰਿਹਾ ਜੀ ਪੰਜਾਬੀ ਵਾਰੀਅਰ ਟੁਮੁੰਬਾ ਵੱਲੋਂ ਇੱਕ ਟੂਰਨਾਮੈਂਟ ਤੇ ਬਹੁਤ ਸਾਰੀਆਂ ਖੇਡਾਂ ਦਾ ਬਣਿਆ ਜੀ ਗਰਾਊਂਡ ਸ਼ਿੰਗਾਰ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜੀ ਪ੍ਰਬੰਧਕ ਟੀਮ ਖੜੀ ਹੈ ਜੀ, ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਦਾ ਨਾਮ, ਪੁੱਛਦੇ ਹਾਂ ਜੀ ਇਸ ਕਮੇਟੀ ਬਾਰੇ ਗੱਲ ਕਰਦੇ ਹਾਂ ਤੇ ਨਾਲ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਸਪੈਸ਼ਲ ਖਾਸ ਕੀ ਹੋਣ ਜਾ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਜੀ ਰਣਜੀਤ ਸਿੰਘ ਢਿੱਲੋਂ ਅਤੇ ਮੈਂ ਪੰਜਾਬੀ ਵਾਰੀਅਰਸ ਟੁਮੁੰਬਾ ਦਾ ਐਜ਼ ਏ ਪ੍ਰੈਜੀਡੈਂਟ ਸੇਵਾਵਾਂ ਨਿਭਾ ਰਿਹਾ ਵਾਂ ਜੀ। ਅਤੇ ਜੋ ਅੱਜ ਦਾ ਇਹ ਖੇਡ ਮੇਲਾ ਇੱਥੇ ਅਸੀਂ ਕੀਤਾ ਹੈਗਾ ਵਾ ਜੀ, ਉਹ ਦੀਵਾਲੀ ਨੂੰ ਮੁੱਖ ਰੱਖ ਕੇ ਤਾਂ ਕੀਤਾ ਹੋਇਆ ਵਾ। ਅਤੇ ਜਿਹੜਾ ਪੰਜਾਬੀ ਵਾਰੀਅਰਸ ਟੁਮੁੰਬਾ ਵਾ ਇਹ ਕਲੱਬ ਅਸੀਂ ਐਸੇ ਸਾਲ ਇੱਥੇ ਸ਼ੁਰੂ ਕੀਤਾ ਵਾ ਅਤੇ ਮੇਨ ਮਕਸਦ ਜੋ ਇਸ ਕਲੱਬ ਦਾ ਇਹ ਆ ਕਿ ਜਿੰਨੇ ਵੀ ਇੱਥੇ ਬੱਚੇ ਨੇ ਜਾਂ ਆਪਣੇ ਹੋਰ ਵੀਰ ਭਰਾ ਨੇ ਭੈਣਾਂ ਨੇ ਉਹਨਾਂ ਨੂੰ ਗੇਮਾਂ ਦੇ ਵਿੱਚ ਲਿਆਈਏ। ਇਸ ਕਰਕੇ ਮਲਟੀ ਗੇਮਸ ਕਲੱਬ ਅਸੀਂ ਅਸਟੈਬਲਿਸ਼ ਕੀਤਾ ਵਾ। ਇਸ ਕਲੱਬ ਦੇ ਅੰਡਰ ਅਸੀਂ ਸਿੱਖ ਗੇਮਾਂ 'ਚ ਵੀ ਐਂਟਰੀ ਕੀਤੀ ਸੀ, ਉਸ ਤੋਂ ਬਾਅਦ ਅਸੀਂ ਵਾਲੀਬਾਲ ਦਾ ਟੂਰਨਾਮੈਂਟ ਕਰਾਇਆ ਅਤੇ ਹੁਣ ਇਹ ਸਾਡਾ ਦੀਵਾਲੀ ਦਾ ਖੇਡ ਮੇਲਾ ਵਾ। ਇਸ ਤੋਂ ਬਾਅਦ ਅਸੀਂ ਕ੍ਰਿਕਟ ਅਤੇ ਵਿਸਾਖੀ ਦਾ ਖੇਡ ਮੇਲਾ ਵੀ ਕਰਾਉਣਾ ਜੀ ਅਗਲੇ ਸਾਲ। ਬਹੁਤ ਹੀ ਵਧੀਆ ਜੀ, ਪਹਿਲੀ ਵਾਰ ਹੋ ਰਿਹਾ, ਬਹੁਤ ਵੱਡਾ ਇਨੀਸ਼ੀਏਟਿਵ ਲਿਆ ਕਿਉਂਕਿ ਬਾਹਰਲੇ ਮੁਲਕਾਂ ਵਿੱਚ ਆ ਕੇ ਜੀ ਆਪਣੇ ਆਪ ਨੂੰ ਸਮਾਂ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਦੂਜਿਆਂ ਲਈ ਸਮਾਂ ਕੱਢਣਾ ਇਹ ਬਹੁਤ ਮੁਸ਼ਕਲ ਹੁੰਦਾ। ਤੁਸੀਂ ਤਿੰਨਾਂ ਨੇ ਬਹੁਤ ਵਧੀਆ ਕਾਰਜ ਰੰਭਿਆ ਹੋਇਆ, ਅੱਗੇ ਗੱਲਬਾਤ ਕਰਦੇ ਭਾਅ ਜੀ ਦਾ ਨਾਮ ਪੁੱਛਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਵਿੰਦਰ ਸਿੰਘ ਹੁੰਦਲ। ਹਾਂਜੀ, ਮੈਂ ਕਲੱਬ ਦੇ ਵਿੱਚ ਐਜ਼ ਏ ਸੈਕਟਰੀ ਦੀ ਸੇਵਾ ਨਿਭਾ ਰਿਹਾ ਜੀ। ਥੈਂਕ ਯੂ ਜੀ। ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਹਰਵਿੰਦਰ ਸਿੰਘ, ਐਜ਼ ਏ ਮੈਂ ਗੁਰੂ ਘਰ ਗ੍ਰੰਥੀ ਸਾਹਿਬਾਨ ਦੀ ਡਿਊਟੀ ਨਿਭਾ ਰਿਹਾ ਹੈ, ਜੋ ਕਿ ਇਹ ਟੁੰਬੇ ਦੇ ਵਿੱਚ ਇੱਕ ਪੰਜਾਬੀ ਭਾਈਚਾਰਕ ਬਹੁਤ ਵਧੀਆ ਸਾਰੇ ਉਪਰਾਲੇ ਬਹੁਤ ਪਿਆਰ ਅਤੇ ਸਤਿਕਾਰ ਨਾਲ ਨਿਭਾ ਰਹੇ ਨੇ। ਜਿਵੇਂ ਕਿ ਹੁਣ ਦੀਵਾਲੀ ਦਾ ਮੇਲਾ ਵੀ ਅਸੀਂ ਜੋ ਗੁਰੂ ਘਰ ਵਿਖੇ ਉਹ ਵੀ ਇਸੇ ਤਰ੍ਹਾਂ ਨਿਭਾ ਰਹੇ ਹਾਂ, ਜਿਸ ਤਰ੍ਹਾਂ ਸਾਰੇ ਸਿੱਖ ਗੇਮਾਂ ਦੇ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਹੋਣਾ ਦੱਸ ਦਿੱਤਾ, ਤੁਹਾਨੂੰ ਸਾਰਾ ਇਹ ਪਿਆਰ ਅਤੇ ਸਤਿਕਾਰ ਦੇ ਨਾਲ ਸਾਰੇ ਪਰਿਵਾਰ ਇਹਨੂੰ ਬਹੁਤ ਤਰੀਕੇ ਦੇ ਨਾਲ ਨਿਭਾ ਰਹੇ ਨੇ। ਇਸ ਕਰਕੇ ਹੋਰ ਵੀ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਅਸੀਂ ਇਸ ਮੇਲਿਆਂ ਨੂੰ ਮਨਾ ਸਕੀਏ ਤਾਂ ਕਿ ਸਾਡਾ ਪੰਜਾਬੀ ਭਾਈਚਾਰਾ ਇਹ ਮੇਲਿਆਂ ਦੇ ਵਿੱਚ ਆ ਕੇ ਇੱਕ ਪਿਛਲੇ ਸਾਡੇ ਵਿਰਸੇ ਨੂੰ ਸਾਂਭ ਸਕੇ। ਬਹੁਤ ਹੀ ਵਧੀਆ ਜੀ। ਅੱਛਾ, ਗੱਲਬਾਤ ਕਰ ਰਹੇ ਹਾਂ ਜੀ, ਕਿਉਂਕਿ ਕੋਈ ਵੀ ਮੇਲਾ ਕਰਵਾਉਣਾ ਜਾਂ ਕੋਈ ਵੀ ਈਵੈਂਟ ਕਰਵਾਉਣਾ, ਚਾਹੇ ਖੇਡ ਮੇਲਾ ਕਹਿ ਲਓ ਜਾਂ ਸੱਭਿਆਚਾਰਕ ਮੇਲਾ ਕਹਿ ਲਓ ਜੀ, ਉਸ ਨੂੰ ਕਰਵਾਉਣ ਲਈ ਬਹੁਤ ਮਿਹਨਤ ਲੱਗਦੀ ਹੈ ਅਤੇ ਨਾਲ ਨਾਲ ਆਪਾਂ ਨੂੰ ਮਾਇਆ ਦੀ ਵੀ ਲੋੜ ਪੈਂਦੀ ਹੈ, ਸੋ ਕਿਸ ਤਰੀਕੇ ਨਾਲ ਮੈਨੇਜ ਕਰ ਰਹੇ ਹੋ? ਹਾਂਜੀ, ਪਹਿਲਾਂ ਤੁਸੀਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਟੁੰਬੇ ਦੀ ਜਿੰਨੀ ਵੀ ਸੰਗਤ ਹੈ ਜੀ, ਉਹ ਬਹੁਤ ਹੀ ਹਮੇਸ਼ਾ ਹੀ ਸਾਨੂੰ ਬਹੁਤ ਭਰਵਾਂ ਹੁੰਗਾਰਾ ਦਿੰਦੇ ਨੇ ਇਸ ਵਜੇ ਕੰਮਾਂ ਦੇ ਵਿੱਚ, ਚਾਹੇ ਉਹ ਮਾਇਆ ਵਜੋਂ ਆ ਚਾਹੇ ਉਹ ਵਲੰਟੀਅਰ ਸੇਵਾ ਵਜੋਂ ਆ। ਅੱਜ ਸਵੇਰੇ ਜੀ ਇੱਥੇ ਬਹੁਤ ਮੀਂਹ ਪੈ ਰਿਹਾ ਸੀ, ਪਰ ਜਦੋਂ ਹੀ ਮੀਂਹ ਹਟਿਆ ਇੱਥੇ ਬਹੁਤ ਵਲੰਟੀਅਰ ਆ ਗਏ ਜੀ, ਉਹਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਜਿਹਦੇ ਨਾਲ ਅਸੀਂ ਸਾਰਾ ਸੈਟਅਪ ਕੀਤਾ। ਇਸੇ ਤਰ੍ਹਾਂ ਚਾਹੇ ਉਹ ਸਾਡੀ ਲੇਡੀਜ਼ ਨੇ ਚਾਹੇ ਜੈਂਟਸ ਨੇ ਜੀ, ਇੱਕ ਸੱਦੇ 'ਤੇ ਸਾਰੇ ਆ ਜਾਂਦੇ ਨੇ, ਚਾਹੇ ਉਹ ਮਾਇਆ ਦਾ ਸੱਦਾ ਹੋਵੇ ਵਲੰਟੀਅਰ ਦਾ ਕੰਮ ਹੋਵੇ ਜੀ। ਸੋ ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ ਅਤੇ ਥੈਂਕ ਯੂ ਕਰਦੇ ਹਾਂ ਕਿ ਉਹ ਅੱਗੇ ਵੀ ਸਾਨੂੰ ਐਂ ਸਾਥ ਦਿੰਦੇ ਰਹਿਣ ਅਤੇ ਅਸੀਂ ਇਹੋ ਜਿਹੇ ਮੇਲੇ ਕਰਾਉਂਦੇ ਰਹੀਏ ਟੁੰਬੇ 'ਚ ਜੀ। ਜੀ ਬਿਲਕੁਲ, ਦਰਸ਼ਕਾਂ ਨੂੰ ਦੱਸ ਦਈਏ ਕਿ ਇੱਥੇ ਕੋਈ ਵੀ ਤੋਟ ਨਹੀਂ ਹੈ ਜੀ ਲੰਗਰ ਦੀ, ਨਾਲ ਨਾਲ ਚਾਹ ਦਾ ਲੰਗਰ ਜਲ ਜੀਰਾ ਅਟੁੱਟ ਵਰਤ ਰਿਹਾ, ਨਾਲ ਨਾਲ ਭਾਈ ਸਾਹਿਬ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਮਿਹਨਤ ਕੀਤੀ ਹੈ ਅਤੇ ਗੁਰੂ ਘਰ ਲੰਗਰ ਰੋਟੀ ਪਾਣੀ ਦਾ ਪ੍ਰਸ਼ਾਦਿਆਂ ਦਾ ਜਿਹੜਾ ਹੈਗਾ ਉਹ ਵੀ ਪ੍ਰਬੰਧ ਕੀਤਾ ਹੋਇਆ। ਸੋ ਭਾਈ ਸਾਹਿਬ ਇੱਥੇ ਹੋਰ ਵੀ ਕੋਈ ਕਮੇਟੀ ਹੈਗੀ ਜਿਨ੍ਹਾਂ ਨੇ ਕੋਈ ਸੰਸਥਾ ਬਣਾਈ ਹੋਵੇ ਜਾਂ ਤੁਹਾਡੀ ਪਹਿਲੀ ਹੋਈ ਆ?
ਐਜ ਏ ਪੰਜਾਬੀ ਇਹ ਸਾਡੀ ਪਹਿਲੀ ਹੈ ਜੀ, ਪਰ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਸਾਰੇ ਸਹਿਯੋਗੀਆਂ ਨਾਲ ਹੀ ਬਣੀ, ਇੱਥੇ ਜਿੰਨੇ ਸਹਿਯੋਗ ਦਿੱਤਾ ਜਿੰਨੇ ਵੀ ਇੱਥੇ ਪੰਜਾਬੀ ਹੈਗੇ ਨੇ ਜੀ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਵਾ, ਚਾਹੇ ਉਹ ਗੁਰੂ ਘਰ ਦੇ ਨਾਲ ਰਿਲੇਟਿਡ ਹੋ ਚਾਹੇ ਓਵਰਆਲ ਉਹ ਪੰਜਾਬੀ ਹੋਵੇ। ਸੋ ਅਸੀਂ ਕਹਿੰਦੇ ਇਹ ਪਹਿਲੀ ਹੀ ਹੈ, ਪਰ ਹੋਪਫੁਲੀ ਇਹ ਬਹੁਤ ਕਾਮਯਾਬ ਹੋਊਗੀ ਆਉਣ ਵਾਲੇ ਟਾਈਮ ਦੇ ਵਿੱਚ ਜੀ। ਵਿਜ਼ਨ ਕੀ ਲੈ ਕੇ ਚੱਲ ਰਹੇ ਹੋ? ਵਿਜ਼ਨ ਜਿਹੜਾ ਸਾਡਾ ਮੇਨ ਹੈਗਾ ਜੀ, ਜ਼ਿਆਦਾ ਤੋਂ ਜ਼ਿਆਦਾ ਬੱਚੇ ਇਨਵੋਲਵ ਕਰਨਾ ਸਪੋਰਟਸ ਦੇ ਵਿੱਚ, ਤਾਂ ਕਿ ਅਸੀਂ ਕੱਲ੍ਹ ਨੂੰ ਜਿੰਨੀਆਂ ਵੀ ਕੰਪੀਟੀਸ਼ਨ ਹੁੰਦੇ ਨੇ ਬ੍ਰਿਸਬੇਨ ਜਾਂ ਆਊਟਸਾਈਡ ਟੂਬੰਬਾ ਬ੍ਰਿਸਬੇਨ ਜਿੱਥੇ ਵੀ, ਅਤੇ ਅਸੀਂ ਉੱਥੇ ਆਪਦੀਆਂ ਟੀਮਾਂ ਲੈ ਕੇ ਜਾਈਏ, ਬੱਚਿਆਂ ਨੂੰ ਇਨਵੋਲਵ ਕਰੀਏ, ਬੱਚਿਆਂ ਨੂੰ ਪੰਜਾਬੀ ਕਮਿਊਨਿਟੀ ਦੇ ਨਾਲ ਜੋੜੀਏ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਾਡਾ ਵਿਰਸਾ ਕੀ ਆ, ਸਾਡਾ ਪਿਛੋਕੜ ਕੀ ਆ, ਅਤੇ ਉਹ ਜੁੜੇ ਰਹਿਣ ਅਤੇ ਇੱਕ ਇਕੱਠੇ ਹੋ ਕੇ ਜਦੋਂ ਖੇਡਦੇ ਆ, ਅਤੇ ਦੂਸਰਾ ਕੀ ਆ ਵੀ ਮਾਪੇ ਜੁੜ ਕੇ ਬਹਿੰਦੇ ਨੇ। ਇਹ ਸਾਡਾ ਵੀਜ਼ਨ ਇਹ ਹੈਗਾ ਵਾ ਕਿ ਅਸੀਂ ਸਾਰੀ ਕਮਿਊਨਿਟੀ ਨੂੰ ਇੱਕ ਮੰਚ 'ਤੇ ਲਿਆਈਏ, ਇੱਕ ਮੰਚ 'ਤੇ ਲਿਆ ਕੇ ਅਤੇ ਸਾਰੇ ਸਾਹਮਣੇ ਪੇਸ਼ ਕਰੀਏ, ਤਾਂ ਕਿ ਇੱਥੋਂ ਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਪੰਜਾਬੀ ਕਮਿਊਨਿਟੀ ਹੈ ਕੀ ਚੀਜ਼। ਬਹੁਤ ਹੀ ਵਧੀਆ ਜੀ। ਐਡੀਲੇਡ ਮਾਰਚ ਦੇ ਵਿੱਚ 2024 ਦੇ ਵਿੱਚ ਗੇਮਸ ਹੋਣ ਜਾ ਰਹੀਆਂ, ਕੀ ਤੁਹਾਡੀ ਟੀਮ ਉੱਥੇ ਜਾ ਰਹੀ ਹੈ ਜੀ? ਹਾਂਜੀ, ਇਸ ਟਾਈਮ ਅਸੀਂ ਉਹਦੇ 'ਤੇ ਵਰਕ ਕਰ ਰਹੇ ਹੈਗੇ ਹਾਂ। ਸਾਡਾ ਹੈਗਾ ਵਾ ਜਿਹੜਾ ਟਾਰਗੇਟ ਆ ਕਿ ਅਸੀਂ ਵਾਲੀਬਾਲ ਦੇ ਵਿੱਚ, ਕ੍ਰਿਕਟ ਦੇ ਵਿੱਚ ਅਤੇ ਬੱਚਿਆਂ ਦੀਆਂ ਟੀਮਾਂ ਲੈ ਕੇ ਜਾਈਏ। ਆਲਰੇਡੀ ਉਸ 'ਤੇ ਕੰਮ ਸ਼ੁਰੂ ਹੋ ਚੁੱਕਿਆ ਜੀ ਸਾਡੀ ਪਲੈਨਿੰਗ, ਅਤੇ ਪਰ ਜਿਵੇਂ ਤੁਹਾਨੂੰ ਦੱਸਿਆ ਉਸ ਤੋਂ ਪਹਿਲਾਂ ਸਾਡਾ ਇੱਥੇ ਕ੍ਰਿਕਟ ਦਾ ਟੂਰਨਾਮੈਂਟ ਵੀ ਹੈ ਜਿਹੜਾ ਅਸੀਂ ਜਨਵਰੀ ਦੇ ਵਿੱਚ ਕਰ ਰਹੇ ਹਾਂ, ਪਰ ਅਸੀਂ ਸਿੱਖ ਗੇਮਾਂ ਦੇ ਵਿੱਚ ਜ਼ਰੂਰ ਆਪਦੀਆਂ ਟੀਮਾਂ ਲੈ ਕੇ ਜਾਵਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਬਹੁਤ ਚੰਗਾ ਲੱਗਿਆ ਜੀ ਟੂਮੁੰਬਾ ਆ ਕੇ ਅਤੇ ਤੁਹਾਡੇ ਇਸ ਖੇਡ ਮੇਲੇ ਨੂੰ ਕਵਰ ਕਰਕੇ 7ਸੀਸ ਟੀਵੀ ਆਸਟ੍ਰੇਲੀਆ ਨੂੰ ਇਨਵਾਈਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਦੇ ਹਾਂ 7ਸੀਸ ਦਾ ਜਿਹੜੇ ਸਾਡੇ ਇੱਕ ਸੱਦੇ 'ਤੇ ਇੱਥੇ ਆਏ ਨੇ ਅਤੇ ਸਾਡਾ ਇਵੈਂਟ ਕਵਰ ਕੀਤਾ ਵਾ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ 7ਸੀਸ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ, ਤਾਂ ਕਿ ਜਿੰਨੇ ਵੀ ਇਹ ਮੈਂਬਰ ਇਹਨਾਂ ਦੇ ਵਧਣਗੇ ਤਾਂ ਇਹੋ ਜਿਹੇ ਇਵੈਂਟ ਨੂੰ ਇਹ ਕਵਰ ਕਰਦੇ ਰਹਿਣਗੇ ਅਤੇ ਇਵੈਂਟ ਸਫਲੇ ਹੁੰਦੇ ਰਹਿਣਗੇ ਜੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਇਸ ਇਵੈਂਟ ਦੀ ਖੂਬਸੂਰਤੀ ਇਹ ਹੈ ਜੀ ਕਿ ਇਸ ਇਵੈਂਟ ਦਾ ਸ਼ਿੰਗਾਰ ਬਣੀਆਂ ਨੇ ਜੀ ਸਾਡੀਆਂ ਭੈਣਾਂ, ਜਿੰਨੇ ਇੱਥੇ ਜਿਹੜੇ ਬੰਦੇ ਇਕੱਠੇ ਹੋਏ ਆ ਉਸ ਤੋਂ ਬਾਅਦ ਕਿਤੇ ਔਰਤਾਂ ਇਕੱਠੀਆਂ ਹੋਈਆਂ ਨੇ। ਸੋ ਸਾਡਾ ਵੀ ਇਕਲਾਕੀ ਫਰਜ਼ ਬਣਦਾ ਕਿ ਭੈਣਾਂ ਨਾਲ ਗੱਲਬਾਤ ਕਰੀਏ ਅਤੇ ਜਾਣਦੇ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਕਿ ਇਸ ਇਵੈਂਟ 'ਤੇ ਆ ਕੇ ਉਹਨਾਂ ਨੂੰ ਕਿਸ ਤਰੀਕੇ ਦਾ ਫੀਲ ਹੋ ਰਿਹਾ ਜੀ। ਸਤਿ ਸ਼੍ਰੀ ਅਕਾਲ ਸਾਰੀਆਂ ਭੈਣੋ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਅੱਛਾ ਜੀ, ਇਸ ਭੈਣ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਜੀ ਤੁਹਾਡਾ? ਰਾਜਵੰਤ ਕੌਰ। ਰਾਜਵੰਤ ਕੌਰ ਜੀ, ਮੈਂ ਤੁਹਾਨੂੰ ਦੇਖ ਰਹੀ ਸੀ ਕਿ ਤੁਸੀਂ ਕਮੈਂਟਰੀ ਕਰ ਰਹੇ ਹੋ, ਠੇਠ ਪੰਜਾਬੀ 'ਚ ਕਰ ਰਹੇ ਸੀ, ਬਹੁਤ ਵਧੀਆ ਤੁਸੀਂ ਐਂਕਰਿੰਗ ਕਰਦੇ ਹੋ, ਅਤੇ ਮੈਨੂੰ ਇਹ ਦੱਸੋ ਕਿ ਤੁਸੀਂ ਅੱਜ ਪਹਿਲੀ ਵਾਰ ਇਸ ਖੇਡੇ ਦਾ ਸ਼ਿੰਗਾਰ ਬਣੇ ਹੋ, ਤੁਸੀਂ ਐਂਕਰਿੰਗ ਕਰ ਰਹੇ ਹੋ, ਕਿਵੇਂ ਦਾ ਮਾਹੌਲ ਰੱਖ ਰਿਹਾ, ਕਿਵੇਂ ਸੋਚਦੇ ਹੋ ਇਸ ਪੂਰੇ ਮਾਹੌਲ ਨੂੰ, ਅਤੇ ਅੱਗੇ ਕੀ ਤੁਹਾਡੇ ਜਿਹੜੇ ਖਿਆਲਾਤ ਹੈਗੇ ਨੇ ਲੈ ਕੇ ਜਾਣ ਲਈ, ਕਿ ਇਨ ਫਿਊਚਰ 'ਚ ਹੋਰ ਕੀ ਕੁਝ ਕਰਨ ਦੀ ਤੁਹਾਡੇ 'ਚ ਭਾਵਨਾਵਾਂ ਹੈਗੀਆਂ ਨੇ? ਪਹਿਲਾਂ ਸਾਡੇ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ 7ਸੀ ਚੈਨਲ ਦਾ ਟਵੰਬਾ ਪਹੁੰਚਣ 'ਤੇ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ। ਇਹੋ ਜਿਹੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਕਿ ਇੱਥੇ ਪੰਜਾਬੀ ਵਾਰੀਅਰ ਟਵੰਬਾ ਦਾ ਪਹਿਲਾ ਖੇਡ ਮੇਲਾ ਜੋ ਟਵੰਬਾ ਵਿੱਚ ਕਰਵਾਇਆ ਜਾ ਰਿਹਾ ਹੈ, ਇਹਦੇ ਵਿੱਚ ਸਾਨੂੰ ਕੀ ਲੱਗ ਰਿਹਾ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੇ ਇੱਥੇ ਦੇ ਜਿਹੜੇ ਅੱਜ ਦੀ ਐਕਟੀਵਿਟੀ 'ਚ ਪਾਰਟੀਸਪੇਟ ਕਰ ਰਹੇ ਨੇ, ਇਹਨਾਂ ਦੀ ਐਕਟੀਵਿਟੀ, ਇਹਨਾਂ ਦਾ ਜਿਹੜੀਆਂ ਗੇਮਾਂ ਨੇ, ਇਹੋ ਸਾਨੂੰ ਇੱਕ ਸਿਰਫ ਇਕੱਠੇ ਹੋਣ ਦਾ ਇੱਕ ਸਾਧਨ ਨਹੀਂ, ਇਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ। ਟੀਮ ਵਰਕ, ਲੀਡਰਸ਼ਿਪ, ਕੋਲੈਬੋਰੇਸ਼ਨ, ਇਹ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿਖਾ ਕੇ ਜਾਂਦੀਆਂ ਨੇ ਜੋ ਕਿ ਅਸੀਂ ਆਪਣੇ ਬੱਚਿਆਂ ਵਿੱਚ ਦੇਖਦੇ ਹਾਂ। ਪੰਜਾਬੀ ਜਦੋਂ ਅਸੀਂ ਇੱਥੇ ਆਉਂਦੇ ਹਾਂ, ਇਕੱਠੇ ਹੁੰਦੇ ਹਾਂ, ਬੱਚੇ ਖੇਡਦੇ ਨੇ, ਐਕਟੀਵਿਟੀ ਕਰਦੇ ਨੇ, ਫਿਜ਼ੀਕਲੀ ਐਕਟੀਵਿਟੀ, ਮੈਂਟਲ ਐਕਟੀਵਿਟੀ ਉਹਨਾਂ ਦੀ ਹੁੰਦੀ ਆ, ਸਾਨੂੰ ਬਹੁਤ ਵਧੀਆ ਲੱਗ ਰਿਹਾ। ਅਤੇ ਅਸੀਂ ਸਾਨੂੰ ਅੱਜ ਵੀਕਐਂਡ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ, ਇਕੱਠੇ ਖੇਡ ਕੇ, ਖਾ ਪੀ ਕੇ, ਗੱਲਾਂ ਬਾਤਾਂ ਕਰਕੇ, ਇਹ ਬਹੁਤ ਵਧੀਆ ਲੱਗ ਰਿਹਾ। ਬਾਕੀ ਤੁਸੀਂ ਮੇਰੀਆਂ ਬਾਕੀ ਭੈਣਾਂ ਤੋਂ ਪੁੱਛ ਸਕਦੇ ਜੀ। ਥੈਂਕ ਯੂ ਸੋ ਮਚ ਜੀ। ਹਾਂਜੀ, ਤੁਹਾਡਾ ਕੀ ਕਹਿਣਾ ਅੱਜ ਦੇ ਮੇਲੇ ਨੂੰ ਲੈ ਕੇ? ਸਭ ਤੋਂ ਪਹਿਲਾਂ ਮੈਂ ਪ੍ਰਭਜੋਤ ਕੌਰ ਸੰਧੂ ਧੰਨਵਾਦ ਕਰਦੀ ਹਾਂ 7ਸੀਸ ਦਾ, ਜਿਹੜੇ ਕਿ ਟਾਈਮ ਟਾਈਮ 'ਤੇ ਆ ਕੇ ਸਾਡੇ ਈਵੈਂਟਸ ਨੂੰ ਕਵਰ ਕਰਦੇ ਆ ਅਤੇ ਸਾਨੂੰ ਸਾਡੀਆਂ
ਪਿਛਲੀਆਂ ਕਮਿਊਨਿਟੀਆਂ ਦੇ ਨਾਲ ਜੋੜਦੇ ਆ ਜਿਨ੍ਹਾਂ ਨੂੰ ਅਸੀਂ ਛੱਡ ਕੇ ਇੱਥੇ ਆ ਕੇ ਬੈਠ ਗਏ ਹਾਂ। ਸਾਨੂੰ ਲੱਗਦਾ ਸੀਗਾ ਕਿ ਅਸੀਂ ਬਸ ਛੱਡ ਗਏ ਹਾਂ ਪੰਜਾਬ ਅਤੇ ਹੁਣ ਪਤਾ ਨਹੀਂ ਕਦੋਂ ਉੱਥੇ ਉਹਨਾਂ ਦੀ ਕਮਿਊਨਿਟੀਆਂ ਉੱਥੋਂ ਦੀਆਂ ਅਤੇ ਇਹਨਾਂ ਦੇ ਵਿੱਚ ਮਿਲ ਸਕਾਂਗੇ, ਪਰ ਬੜਾ ਚੰਗਾ ਲੱਗਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜੋੜ ਸਕਦੇ ਹਾਂ ਫਿਰ ਵੀ ਇਸ ਵਿਰਸੇ ਦਿਆਂ। ਇਹਨਾਂ ਈਵੈਂਟਸ ਦੇ ਵਿੱਚ ਬੱਚੇ ਬੜੇ ਹੀ ਜ਼ਿਆਦਾ ਜੋਸ਼ ਦੇ ਨਾਲ ਆਉਂਦੇ ਨੇ, ਆਪਦੇ ਕਮਿਊਨਿਟੀ ਦੇ ਸਭ ਦੇਖੋ ਸਾਰੇ ਕਰਦੇ ਆ ਕਿ ਅਸੀਂ ਆਪਦੀਆਂ ਕਮਿਊਨਿਟੀਜ਼ ਨੂੰ ਅੱਗੇ ਲੈ ਕੇ ਜਾਈਏ। ਇਸੇ ਤਰ੍ਹਾਂ ਹੀ ਸਾਡੇ ਭੈਣ ਭਰਾ ਸਾਰੇ ਇਕੱਠੇ ਹੋ ਕੇ ਪੰਜਾਬੀ ਬੈਰੀਅਰਸ ਉਹਨਾਂ ਨੇ ਬਣਾਇਆ ਤਾਂ ਕਿ ਬੱਚਿਆਂ ਨੂੰ ਗੇਮਾਂ ਦੇ ਵਿੱਚ ਅੱਗੇ ਲੈ ਕੇ ਜਾਇਆ ਜਾ ਸਕੇ, ਅਤੇ ਸਾਡੇ ਬੱਚਿਆਂ ਨੂੰ ਅਸੀਂ ਉਹ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਵੀ ਉਹ ਜੋਸ਼ ਆ ਗਿਆ ਹੋਇਆ ਹੈ ਕਿ ਅਸੀਂ ਵੀ ਇਹਨਾਂ ਦਾ ਪਾਰਟ ਬਣਨਾ ਹੈ, ਅਤੇ ਅਸੀਂ ਦੇਖ ਸਕਦੇ ਹਾਂ ਕਿ ਸਾਡਾ ਫਿਊਚਰ ਹੋ ਸਕਦਾ ਹੈ ਕਿ ਸਾਡੀਆਂ ਇਹੀ ਨਸਲਾਂ ਨੂੰ ਅੱਗੇ ਲੈ ਕੇ ਜਾਣ, ਹੈ ਨਾ। ਪੰਜਾਬੀਅਤ ਨੂੰ ਅਸੀਂ ਜ਼ਿੰਦਾ ਰੱਖਣਾ ਚਾਹੁੰਦੇ ਹਾਂ ਭਾਵੇਂ ਅਸੀਂ ਆਪਦੇ ਪੰਜਾਬ ਤੋਂ ਦੂਰ ਹਾਂ, ਪਰ ਇਸੇ ਤਰ੍ਹਾਂ ਹੀ ਹੋ ਸਕਦਾ ਹੈ ਕਿ ਅਸੀਂ ਇਹਨਾਂ ਈਵੈਂਟਸ ਨੂੰ ਕਲਚਰਲ ਐਕਟੀਵਿਟੀਜ਼ ਨੂੰ ਅਤੇ ਗੁਰੂ ਘਰ ਦੇ ਨਾਲ ਜੋੜ ਕੇ ਬੱਚਿਆਂ ਨੂੰ ਸ਼ਾਇਦ ਅਸੀਂ ਆਪਦੇ ਪੁਰਾਣਿਆਂ ਵਿਰਸਿਆਂ ਦੇ ਨਾਲ ਜੋੜ ਸਕੀਏ, ਅਤੇ ਇਹੀ ਸਾਡੀ ਕੋਸ਼ਿਸ਼ ਰਹੇਗੀ। ਹਾਂਜੀ, ਬਹੁਤ ਹੀ ਸੋਹਣਾ ਬੋਲਿਆ ਦੋਨੇ ਭੈਣਾਂ ਨੇ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਹੋਰ ਕਿਸੇ ਨੂੰ ਮਾਈਕ ਫੜਾਉਣਾ ਚਾਹੀਦਾ, ਕਿਉਂਕਿ ਤੁਸੀਂ ਜਿਹੜੇ ਟੌਪਿਕਸ ਹੁੰਦੇ ਆ ਨਾ ਜੀ ਉਹਨਾਂ ਨੂੰ ਬਾਖੂਬੀ ਕਵਰ ਕਰ ਲਿਆ। ਤੁਸੀਂ ਬੱਚਿਆਂ ਬਾਰੇ ਬੋਲਿਆ, ਸਾਡੇ ਸੱਭਿਆਚਾਰ ਬਾਰੇ ਬੋਲਿਆ, ਸਾਡੇ ਮਾਪਿਆਂ ਬਾਰੇ ਬੋਲਿਆ। ਇਸ ਖੇਡ ਮੇਲੇ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਭਾਗ ਲਿਆ। ਮੇਰੇ ਨਾਲ ਖੜੇ ਨੇ ਜੀ ਕੁਝ ਬਜ਼ੁਰਗ ਜਿਹੜੇ ਕਿ ਇਸ ਖੇਡ ਮੇਲੇ ਦੇ ਵਿੱਚ ਹਾਜ਼ਰੀ ਭਰ ਰਹੇ ਨੇ, ਅਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਇਸ ਖੇਡ ਮੇਲੇ ਦੇ ਵਿੱਚ ਆ ਕੇ ਉਹਨਾਂ ਨੂੰ ਕਿਸ ਤਰੀਕੇ ਦਾ ਲੱਗ ਰਿਹਾ, ਕੀ ਪੰਜਾਬ ਤੋਂ ਉਹਨਾਂ ਨੂੰ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਟੁਬੂੰਬਾ 'ਚ ਆ ਕੇ ਕੀ ਕੁਝ ਵੱਖਰਾ ਲੱਗ ਰਿਹਾ? ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਬਾਬਾ ਜੀ ਤੁਹਾਡਾ? ਸਰਵਣ ਸਿੰਘ ਹੈ ਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਸਟ੍ਰੇਲੀਆ ਆਇਆ ਨੂੰ? ਸਾਲ ਹੋ ਗਿਆ ਜੀ। ਕਿਸ ਤਰੀਕੇ ਦਾ ਲੱਗ ਰਿਹਾ ਤੁਹਾਨੂੰ, ਕਿੰਨਾ ਫਰਕ ਲੱਗ ਰਿਹਾ? ਵਧੀਆ ਲੱਗਦਾ ਹੈ ਮੈਡਮ, ਬੜਾ ਸੋਹਣਾ ਲੱਗਦਾ। ਅਸੀਂ ਤਾਂ ਆਪਦੇ ਪੰਜਾਬ 'ਚ ਹੀ ਬੈਠੇ ਹਾਂ ਜੀ। ਹਾਂ, ਅੱਜ ਤੁਸੀਂ ਖੇਡ ਮੇਲੇ 'ਚ ਆਏ ਹੋ, ਖੇਡ ਮੇਲੇ 'ਚ ਆ ਕੇ ਕਿਵੇਂ ਲੱਗ ਰਿਹਾ? ਬਹੁਤ ਮਨ ਖੁਸ਼ ਹੈ ਜੀ। ਇਹ ਬੱਚੇ ਬਹੁਤ ਸੋਹਣਾ ਕਰਦੇ ਆ ਕੰਮ, ਅਤੇ ਕੋਈ ਕਹਿ ਨਹੀਂ ਸਕਦੇ ਵੀ ਕਿੰਨਾ ਕੁ ਚੰਗਾ, ਬਾਹਲਾ ਚੰਗਾ ਜੀ। ਬਾਪੂ ਜੀ ਦੀ ਜਿਹੜੇ ਚਿਹਰੇ ਦਾ ਜਲੌ ਦੱਸਦਾ ਹੈ, ਉਹਨਾਂ ਦੇ ਅੰਦਰ ਦੇ ਮਨ ਦੀ ਖੁਸ਼ੀ ਦੱਸ ਰਹੀ ਹੈ। ਸ਼ਾਇਦ ਉਹ ਸ਼ਬਦਾਂ ਦੇ ਵਿੱਚ ਗੱਲ ਨਹੀਂ ਕਹਿ ਪਾ ਰਹੇ ਆ ਜਿੰਨੀ ਉਹਨਾਂ ਨੂੰ ਖੁਸ਼ੀ ਹੈ। ਸੋ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਾਪੂ ਜੀ ਤੁਹਾਡੇ ਨਾਲ। ਤੁਹਾਡਾ ਨਾਂ ਕੀ ਹੈ ਬਾਪੂ ਜੀ? ਗੁਰਚਰਨ ਸਿੰਘ ਜੀ। ਕਿੱਥੋਂ ਆਏ ਹੋ ਤੁਸੀਂ ਪੰਜਾਬ ਤੋਂ? ਪੰਜਾਬ ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਤੋਂ ਆਏ ਹੋ, ਸ਼ਹੀਦਾਂ ਦੀ ਧਰਤੀ ਤੋਂ ਆਏ ਹੋ ਤੁਸੀਂ। ਸੋ ਕਿੰਨਾ ਟਾਈਮ ਹੋ ਗਿਆ? 5 ਮਹੀਨੇ ਹੋ ਗਏ। ਪਹਿਲੀ ਵਾਰ ਆਏ ਹੋ? ਹਾਂਜੀ, ਪਹਿਲੀ ਵਾਰ ਆਏ। ਕਿਵੇਂ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਸੋਹਣਾ ਲੱਗ ਰਿਹਾ ਜੀ। ਸੋ ਖੇਡ ਮੇਲੇ ਦਾ ਪਹਿਲੀ ਵਾਰ ਤੁਸੀਂ ਸ਼ਿੰਗਾਰ ਬਣੇ ਹੋ, ਪਹਿਲੀ ਵਾਰ ਐਂਟਰੀ ਕੀਤੀ ਹੈ, ਕੀ ਪੰਜਾਬ ਦੇ ਵਿੱਚ ਕਦੇ ਮੌਕਾ ਮਿਲਿਆ ਸੀ ਕਿਸੇ ਮੇਲੇ 'ਚ ਜਾਣ ਦਾ? ਬਹੁਤ ਮੌਕਾ ਮਿਲਿਆ ਜੀ ਖੇਡਾਂ ਦੇਖਣ ਦਾ ਜੀ, ਅਤੇ ਇੱਥੇ ਆ ਗਿਆ 2 ਵਾਰੀ ਦੇਖੇ ਜੀ। ਖੇਡਾਂ ਬਹੁਤ ਸੋਹਣੀਆਂ ਲੱਗਦੀਆਂ, ਬੜੀ ਚੱਲ ਦਿਲਚਸਪੀ ਆਪਣੇ ਪੰਜਾਬੀਆਂ ਦੀ, ਜਿਹੜੇ ਆਪਣੇ ਲਾਈਫ ਬੱਚਿਆਂ ਦੀ ਗਾਹਾਂ ਖੇਡਾਂ ਵੱਲ ਲਿਜਾ ਰਹੇ ਨੇ ਜੀ। ਬਹੁਤ ਹੀ ਵਧੀਆ ਜੀ। ਮੈਡਮ ਇੱਕ ਤੀਆਂ ਦਾ ਫੰਕਸ਼ਨ ਕੀਤਾ ਸੀਗਾ, ਬਾਹਲਾ ਵਧੀਆ ਸੀਗਾ ਜੀ। ਕੋਈ ਉਹਦੇ 'ਚ ਵੀ ਕੋਈ ਹਿਸਾਬ ਨਹੀਂ ਸੀ ਵੀ ਕਿੰਨਾ ਕੁ ਚੰਗਾ। ਸਾਡੇ ਪੰਜਾਬ ਵਾਲਾ ਕੰਮ ਹੀ ਆ ਵੀ, ਪੰਜਾਬ 'ਚ ਤਾਂ ਤੀਆਂ ਹਟ ਗਈਆਂ ਹੁਣ, ਇੱਥੇ ਹੈਗੀਆਂ ਅਜੇ, ਅਤੇ ਧੰਨਵਾਦ ਬੱਚਿਆਂ ਦਾ ਕਰਦੇ ਹਾਂ ਵੀ ਬਹੁਤ ਚੰਗੇ ਵੱਲੀ ਤੁਰੇ ਆ ਇਹ, ਹੈ ਨਾ। ਇੱਥੋਂ ਸਿੱਖਿਆ ਬਹੁਤ ਸੋਹਣੀ ਮਿਲਦੀ ਆ, ਅਸੀਂ ਸੱਭਿਆਚਾਰ ਨੂੰ ਇੱਥੇ ਪੂਰਾ ਪ੍ਰਫੁੱਲਤ ਕੀਤਾ। ਮੈਂ ਨਾ ਬਾਹਲਾ ਮਨ ਖੁਸ਼ ਹੋਇਆ ਜੀ। ਹਾਂਜੀ ਬਾਪੂ ਜੀ, ਕੀ ਨਾਂ ਹੈ ਜੀ ਤੁਹਾਡਾ? ਮੱਖਣ ਸਿੰਘ ਜੀ। ਤੁਸੀਂ ਕਿੱਥੋਂ ਆਏ ਹੋ ਪੰਜਾਬ ਤੋਂ? ਅਸੀਂ ਰਾਜਸਥਾਨ ਤੋਂ ਆਏ ਜੀ। ਰਾਜਸਥਾਨ ਗੰਗਾਨਗਰ? ਹਾਂਜੀ ਹਾਂਜੀ। ਕਿੰਨਾ ਟਾਈਮ ਹੋ ਗਿਆ ਨੂੰ? ਸਾਨੂੰ 5-6 ਮਹੀਨੇ ਹੋ ਗਏ ਜੀ ਆਇਆਂ ਨੂੰ। ਕਿਵੇਂ ਲੱਗ ਰਿਹਾ ਇੱਥੇ? ਬਹੁਤ ਸੋਹਣਾ ਲੱਗ ਰਿਹਾ ਜੀ। ਬੱਚੇ ਆ ਜਿਹੜੇ ਪ੍ਰੋਗਰਾਮ ਕਰਦੇ ਆ, ਪਿੱਛੇ ਤੀਆਂ ਦਾ ਪ੍ਰੋਗਰਾਮ ਕੀਤਾ ਸੀ, ਹੁਣ ਇਹਨਾਂ ਨੇ ਖੇਡ ਮੇਲੇ ਦਾ ਕੀਤਾ, ਬਹੁਤ ਸਾਨੂੰ ਬਹੁਤ ਸੋਹਣਾ ਲੱਗਦਾ ਜੀ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਇਸ ਪ੍ਰੋਗਰਾਮ ਵੇਖ ਕੇ ਜੀ। ਹਾਂਜੀ, ਅੱਜ ਤੁਸੀਂ ਖਾਸ ਤੌਰ 'ਤੇ ਇਨੀਸ਼ੀਏਟਿਵ ਲਿਆ ਇੱਥੇ ਆਉਣ ਦਾ, ਖੇਡ ਮੈਦਾਨ ਦੇ ਵਿੱਚ ਪੰਜਾਬ ਤੋਂ ਜਾਂ ਆਪਣੇ ਕਹਿ ਲਓ ਵੀ ਕਿਸੇ ਵੀ ਪਿੰਡ ਤੋਂ
ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿਵੇਂ ਵੱਖਰਾ ਦੇਖਦੇ ਹੋ? ਬਹੁਤ ਸੋਹਣਾ ਲੱਗਦਾ ਜੀ ਪ੍ਰੋਗਰਾਮ, ਸਗੋਂ ਉੱਥੇ ਦਾ ਪ੍ਰੋਗਰਾਮ ਘੱਟ ਹੈ, ਇੱਥੇ ਸੋਹਣੇ ਬਹੁਤ ਸੋਹਣੇ ਕਰਦੇ ਆ ਮੁੰਡੇ ਪ੍ਰੋਗਰਾਮ। ਪਿੱਛੇ ਵਾਲੀਬਾਲ ਦਾ ਮੈਚ ਸੀ, ਤੀਆਂ ਦਾ ਮੇਲਾ ਕਰਾਇਆ ਸੀ, ਅੱਜ ਇਹਨਾਂ ਨੇ ਖੇਡ ਮੇਲਾ ਕਰਾਇਆ, ਸਾਨੂੰ ਬਹੁਤ ਸੋਹਣਾ ਲੱਗਦਾ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ 7C TV ਆਸਟ੍ਰੇਲੀਆ ਨਾਲ ਜੁੜਨ ਲਈ। ਥੈਂਕ ਯੂ ਜੀ। ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਾਂ, ਜਦੋਂ ਵੀ ਸਾਨੂੰ ਸਾਡੇ ਬਜ਼ੁਰਗ ਮਿਲਦੇ ਨੇ ਤਾਂ ਇੰਨੀ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ, ਐਵੇਂ ਲੱਗਦਾ ਕਿ ਸਾਡੇ ਮਾਂ ਬਾਪ ਸਾਨੂੰ ਮਿਲ ਚੁੱਕੇ ਨੇ। ਅਤੇ ਜਿੱਥੇ ਵੀ ਮੈਂ ਜਾਂਦੀ ਹਾਂ ਬਜ਼ੁਰਗਾਂ ਨਾਲ ਮੈਂ ਗੱਲਬਾਤ ਜ਼ਰੂਰ ਕਰਦੀ ਹਾਂ। ਅੱਜ ਮੇਰੇ ਨਾਲ ਮੇਰੀਆਂ ਬੀਬੀਆਂ ਜੁੜੀਆਂ ਹੋਈਆਂ ਨੇ, ਕੁਛ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਤੋਂ ਕਿ ਅੱਜ ਦੇ ਇਸ ਇਵੈਂਟ ਦੇ ਵਿੱਚ ਆ ਕੇ, ਖਾਸ ਕਰਕੇ ਇੱਥੇ ਖੇਡ ਮੇਲੇ 'ਚ ਆ ਕੇ, ਉਹਨਾਂ ਨੂੰ ਕਿਹੋ ਜਿਹਾ ਲੱਗਦਾ? ਅਤੇ ਪੰਜਾਬ ਦੇ ਵਿੱਚ ਕਿੱਥੋਂ ਆਏ ਹੋ ਜੀ ਤੁਸੀਂ? ਫਤਿਹਗੜ੍ਹ ਸਾਹਿਬ। ਵਾਹ ਜੀ ਵਾਹ, ਸ਼ਹੀਦਾਂ ਦੀ ਧਰਤੀ, ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਤੋਂ ਆਏ ਨੇ ਜੀ, ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ। ਅੱਛਾ ਇਹ ਦੱਸੋ ਤੁਸੀਂ ਕਿੰਨੇ ਟਾਈਮ ਤੋਂ ਆਏ ਹੋ ਇੱਥੇ? ਸਾਨੂੰ 6ਵਾਂ ਮਹੀਨਾ ਸ਼ੁਰੂ ਹੋ ਗਿਆ। 6ਵਾਂ ਮਹੀਨਾ ਸ਼ੁਰੂ ਹੋ ਗਿਆ, ਓਕੇ। ਪੰਜਾਬ ਦੇ ਵਿੱਚ ਵੀ ਕੋਈ ਮੇਲਾ ਦੇਖਿਆ ਮੈਂ? ਨਾ ਜੀ, ਇਹੋ ਜਿਹਾ ਕੋਈ ਮੇਲਾ ਨਹੀਂ ਦੇਖਿਆ, ਜਿਹੋ ਜਿਹਾ ਇੱਥੇ ਦੇਖ ਕੇ ਆ ਕੇ ਬਾਹਰ। ਅੱਛਾ, ਹਾਂਜੀ। ਲੈ ਕੇ ਨਹੀਂ ਜਾਂਦੇ ਪੰਜਾਬ ਦੇ ਵਿੱਚ ਤੁਹਾਡੇ ਘਰ? ਪੰਜਾਬ 'ਚ ਨਹੀਂ ਲੈ ਕੇ ਜਾਂਦੇ ਜੀ, ਇੱਥੇ ਕਮਾ ਦਿੰਦੇ ਨੇ ਬੱਚੇ ਜੀ। ਹਾਂਜੀ, ਹਨਾ ਵੀ ਗੱਲ ਸੱਚੀ ਆ, ਬੰਦੇ ਹੀ ਲੈ ਜਾਂਦੇ ਜਾਂ ਬੱਚੇ ਲੈ ਜਾਂਦੇ ਨੇ? ਬੰਦੇ ਬੁੰਦੇ ਵੀ ਨਹੀਂ ਲੈ ਕੇ ਜਾਂਦੇ, ਕੋਈ ਵੀ ਨਹੀਂ ਲੈ ਕੇ ਜਾਂਦੇ ਜੀ। ਨਹੀਂ, ਬੰਦੇ ਆਪ ਤਾਂ ਜਾਂਦੇ ਆ ਨਾ, ਜਾਂ ਬੱਚਿਆਂ ਨੂੰ ਲੈ ਜਾਂਦੇ ਨੇ, ਤੇ ਸਾਡੇ ਵਰਗਿਆਂ ਨੂੰ ਆਪਣੀ ਬੀਬੀਆਂ ਨੂੰ ਘਰ ਛੱਡ ਜਾਂਦੇ ਨੇ, ਹਨਾ? ਬੀਬੀਆਂ ਨੂੰ ਘਰੇ ਕੰਮ ਵਾਸਤੇ ਛੱਡਦੇ। ਤੇ ਇੱਥੇ ਕਿਹਦੇ ਕੋਲ ਆਏ ਹੋ? ਆਪਣੀ ਧੀ ਕੋਲ ਆਏ ਹੋ ਕਿ ਬੇਟੇ ਕੋਲ ਆਏ? ਅੱਛਾ, ਬੇਟੇ ਨੇ ਇਨੀਸ਼ੀਏਟਿਵ ਲਿਆ ਤੁਹਾਨੂੰ ਬਾਹਰ ਲੈ ਕੇ ਜਾਣ? ਹਾਂਜੀ। ਸੋ ਕਿਵੇਂ ਦਾ ਲੱਗ ਰਿਹਾ ਜੀ ਜੋ ਬਾਹਰਲੇ ਮੁਲਕ ਦੇ ਵਿੱਚ? ਲੱਗਦਾ ਹੈ ਘੁੰਮ ਫਿਰ ਕੇ ਟਾਈਮ ਪਾਸ ਹੋ ਜਾਂਦਾ ਜੀ। ਬਾਹਰਲੇ ਮੁਲਕ ਦੇ ਵਿੱਚ ਆ ਕੇ ਤੁਹਾਨੂੰ ਲੱਗਦਾ ਕਿ ਅਸੀਂ ਪੰਜਾਬ ਵਸਾ ਦਿੱਤਾ? ਹਾਂਜੀ। ਥੈਂਕ ਯੂ ਜੀ। ਬੀਬੀ ਤੁਸੀਂ ਕਿੱਥੋਂ ਆਏ ਹੋ? ਅਸੀਂ ਫਿਰੋਜ਼ਪੁਰ ਜ਼ਿਲ੍ਹੇ 'ਚੋਂ। ਫਿਰੋਜ਼ਪੁਰ ਜ਼ਿਲ੍ਹੇ ਦੇ ਉੱਤੋਂ? ਕਿੰਨਾ ਟਾਈਮ ਹੋ ਗਿਆ ਇੱਥੇ ਆਇਆ ਨੂੰ? ਸਾਨੂੰ ਹੋ ਗਏ 11ਵਾਂ ਮਹੀਨਾ। 11ਵਾਂ ਮਹੀਨਾ ਜੀ ਲੱਗਿਆ ਪੂਰਾ ਫਿਰ? ਹਾਂਜੀ, ਵਧੀਆ, ਬਹੁਤ ਵਧੀਆ। ਕਿੰਨੇ ਕੁ ਮੇਲੇ ਦੇਖ ਲਏ ਇੱਥੇ ਰਹਿ ਕੇ? ਵੇਖ ਲਏ 2-3 ਸ਼ੋਅ ਹੋਏ ਤੇ ਤੁਹਾਨੂੰ ਪੂਰਾ ਦਿਲ ਲੱਗਿਆ ਵਾ ਇੱਥੇ ਫਿਰ? ਹਾਂਜੀ, ਦਿਲ ਤਾਂ ਲਾਉਣਾ ਹੀ ਪੈਂਦਾ ਫਿਰ। ਲਾਉਣਾ ਹੀ ਪੈਂਦਾ, ਨਹੀਂ ਤਾਂ ਸਾਡੇ ਨੇ ਇੱਥੇ ਜ਼ਿਆਦਾਤਰ ਬਜ਼ੁਰਗ ਆ ਕੇ ਐਂ ਕਹਿਣ ਲੱਗ ਜਾਂਦੇ 3-4 ਦਿਨ ਕਿ ਹੁਣ ਕਰਾ ਦਿਓ ਟਿਕਟ ਸਾਡੀ। ਹਾਂਜੀ, ਤੁਹਾਨੂੰ 11 ਮਹੀਨੇ ਹੋ ਗਏ ਇੱਥੇ ਰਹਿੰਦਿਆਂ ਨੂੰ, ਸੋ ਦੈਟ ਮੀਨਸ ਤੁਹਾਡਾ ਦਿਲ ਲੱਗਿਆ ਹੋਇਆ। ਹਾਂਜੀ ਪੂਰਾ। ਹਾਂਜੀ, ਕਿਹਦੇ ਕੋਲ ਆਏ ਹੋਏ? ਧੀ ਕੋਲ ਕਿ ਪੁੱਤ ਕੋਲ? ਬੇਟੀ ਕੋਲੇ। ਬਹੁਤ ਹੀ ਵਧੀਆ, ਬੇਟੀ ਨਾਲ ਲੈ ਕੇ ਆਇਆ ਤੁਹਾਨੂੰ ਅੱਜ ਇੱਥੇ? ਹਾਂਜੀ। ਦੇਖ ਲਓ ਪੰਜਾਬ ਦੇ ਵਿੱਚ ਮੌਕੇ ਨਹੀਂ ਮਿਲਦੇ ਬਾਹਰ ਜਾਣ ਦੇ, ਹਨਾ? ਇੱਥੇ ਵੀ ਇਹ ਹੁੰਦਾ ਵੀ ਜੋਬ ਤੋਂ ਆਣ ਕੇ ਮਾਂ ਪਿਓ ਨੂੰ ਲਿਜਾਂਦੇ ਧੀਆਂ ਪੁੱਤ, ਤੇ ਵਿਖਾਉਂਦੇ ਵੀ ਤੁਹਾਨੂੰ ਵਿਖਾ ਗਏ ਬਾਹਰ ਦਾ ਮਾਹੌਲ। ਚਲੋ ਧੰਨਵਾਦ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਓਕੇ ਬੀਬੀ, ਸਤਿ ਸ਼੍ਰੀ ਅਕਾਲ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਇਸ ਖੇਡ ਮੇਲੇ ਦੇ ਵਿੱਚ ਇੱਕ ਹੋਰ ਖੂਬਸੂਰਤੀ ਹੈ ਕਿ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਮੇਲੇ ਦਾ ਜਿਹੜਾ ਹੈਗਾ ਸ਼ਿੰਗਾਰ ਬਣੇ ਨੇ। ਮੇਰੀ ਭੈਣ ਨੇ ਬਹੁਤ ਛੋਟਾ ਜਿਹਾ ਬੱਚਾ ਚੱਕਿਆ, ਕਿੰਨੇ ਮਹੀਨਿਆਂ ਦਾ ਜੀ ਇਹ? 6 ਮਹੀਨਿਆਂ ਦਾ ਹੋ ਗਿਆ। 6 ਮਹੀਨਿਆਂ ਦਾ ਹੋ ਗਿਆ ਤੇ ਤੁਸੀਂ ਇਹਨੂੰ, ਕੁੜੀ ਹੈ ਇਹ, ਕੀ ਨਾਮ ਹੈ ਜੀ ਇਹਦਾ? ਅਜੂਨੀ। ਅਜੂਨੀ, ਆ ਵਾਓ, ਅਜੂਨੀ ਜੀ ਆਏ ਨੇ ਜੀ ਅੱਜ ਮੇਲੇ ਦਾ ਸ਼ਿੰਗਾਰ ਵੰਡ ਤੇ ਮੇਲੇ ਨੂੰ ਦੇਖਣ। ਬਹੁਤ ਵਧੀਆ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ। ਸਤਿ ਸ਼੍ਰੀ ਅਕਾਲ ਬੀਬੀ ਜੀ, ਕੀ ਹਾਲ ਹੈ? ਠੀਕ ਹੈ ਬੇਟੇ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ, ਆਪ ਸੁਣਾਓ? ਬਹੁਤ ਵਧੀਆ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਆਇਆਂ ਦਾ ਬੇਟੇ, ਬਹੁਤ ਬਹੁਤ। ਥੈਂਕ ਯੂ ਜੀ। ਕਿੱਥੋਂ ਆਇਓ ਪੰਜਾਬ? ਅਸੀਂ ਰਾਜਸਥਾਨ ਤੋਂ, ਗੰਗਾਨਗਰ ਤੋਂ। ਓ ਤੇਰੀ, ਰਾਜਸਥਾਨ ਗੰਗਾਨਗਰ ਤੋਂ ਆਇਆ? ਵੈਸੇ ਗੰਗਾਨਗਰ 'ਚ ਵੀ ਪੰਜਾਬੀ ਬਹੁਤ ਨੇ। ਬਹੁਤ ਪੰਜਾਬੀ ਹੈ ਜੀ ਬਹੁਤ।
ਨੇਰੇ ਪੰਜਾਬੀ ਆ, ਸਾਨੂੰ ਤਾਂ ਲੱਗਦਾ ਹੀ ਪੰਜਾਬੀ ਉੱਥੇ। ਅੱਛਾ, ਗੰਗਾਨਗਰ ਜਦੋਂ ਜਾਂਦੇ ਸੀਗੇ ਤੁਸੀਂ, ਜਿਵੇਂ ਕੋਈ ਮੇਲਾ ਮੂਲਾ ਕਦੇ ਕੋਈ ਤੁਸੀਂ ਕੀਤਾ, ਪਾਰਟਿਸਿਪੇਟ ਕੀਤਾ ਕਿਸੇ ਮੇਲੇ ਦੇ ਵਿੱਚ ਗਏ ਹੋ? ਹਾਂਜੀ, ਜਾਈਦਾ ਜੀ ਉੱਥੇ ਮੇਲੇ ਸਜਾਈਦਾ ਜੀ। ਅੱਛਾ, ਹਾਂਜੀ, ਕੁਛ ਵੱਖਰਾ ਲੱਗਦਾ ਇੱਥੇ ਤੇ ਉੱਥੇ ਦਾ ਮਾਹੌਲ ਦਾ? ਨਹੀਂ ਜੀ, ਬਹੁਤ ਵਧੀਆ, ਇੱਥੇ ਵੀ ਬਹੁਤ ਵਧੀਆ ਲੱਗਦਾ, ਸਾਡੇ ਬੱਚੇ ਆਏ ਆ, ਬੱਚੇ ਖੇਡਦੇ ਆ ਜੀ, ਬਹੁਤ ਸਾਨੂੰ ਵਧੀਆ ਲੱਗਦਾ, ਸਾਨੂੰ ਵੀ ਇਹਨਾਂ ਨੇ ਵਿਖਾਇਆ ਬਾਹਰਲਾ ਦੇਸ਼। ਹਾਂਜੀ, ਬਹੁਤ ਸੋਹਣਾ ਲੱਗਿਆ ਸਾਨੂੰ, ਸਾਨੂੰ ਐਂ ਲੱਗਦਾ ਵੀ ਆਪਣਾ ਇੰਡੀਆ ਹੀ ਇੱਥੇ ਆਣ ਕੇ ਬੈਠ ਗਿਆ ਸਰ। ਬਹੁਤ ਹੀ ਵਧੀਆ ਗੱਲ ਕੀਤੀ ਹੈ ਬੀਬੀ ਨੇ, ਇਹਨਾਂ ਨੇ ਕਹਿ ਕੇ ਸਾਨੂੰ ਐਵੇਂ ਲੱਗਦਾ ਕਿ ਅਸੀਂ ਇੰਡੀਆ ਦੇ ਵਿੱਚ ਹੀ ਤੁਰੇ ਫਿਰਦੇ ਆ। ਆਏ ਹਾਂ ਬੇਟਾ, ਸਾਨੂੰ ਬਹੁਤ ਸੋਹਣਾ ਲੱਗਦਾ ਕਿ ਸਾਡੇ ਬੱਚੇ ਵਧੀਆ ਰਲ ਮਿਲ ਕੇ ਵਧੀਆ ਪਾਰਟੀਆਂ ਕਰਦੇ ਆ, ਵਧੀਆ ਖੁਸ਼ ਰਹਿੰਦੇ ਬੱਚੇ, ਅਸੀਂ ਵੀ ਇਹਨਾਂ ਨਾਲ ਬਹੁਤ ਖੁਸ਼ ਹਾਂ ਜੀ। ਥੈਂਕ ਯੂ ਸੋ ਮੱਚ ਬੀਬੀ, ਧੰਨਵਾਦ ਜੀ ਸਾਰਿਆਂ ਦਾ, ਮਿਲਦੇ ਜੀ ਤੁਹਾਨੂੰ ਫਿਰ, ਸਤਿ ਸ਼੍ਰੀ ਅਕਾਲ। ਖੇਡ ਮੇਲੇ ਦਾ ਖੇਡਾਂ ਸ਼ਿੰਗਾਰ ਬਣੀਆਂ, ਖਾਸ ਤੌਰ ਤੇ ਸੌਕਰ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਵੀ ਭਾਗ ਲਿਆ। ਬਲੂ ਟੀਮ ਦਾ ਬੜਾ ਜ਼ੋਰ ਹੈ ਜੀ, ਬਾਲ ਬਲੂ ਟੀਮ ਪਾਸ ਕਰਦੀ ਹੋਈ ਸੰਦੀਪ ਸਿੰਘ ਕੋਲ ਜਾ ਰਹੀ ਹੈ, ਬਾਲ ਬਾਲ ਲੈ ਕੇ ਗਏ ਆ ਖੁਸ਼ਲੋ ਭਾਜੀ ਕੋਲ, ਮਨਦੀਪ ਸਿੰਘ ਔਰਤਾਂ ਵੱਲੋਂ ਖੇਡਾਂ ਦੀ ਕਮੈਂਟਰੀ ਕੀਤੀ ਜਾ ਰਹੀ ਸੀ ਤੇ ਔਰਤਾਂ ਵੱਲੋਂ ਹੀ ਸਾਰਾ ਪ੍ਰਬੰਧ ਸੰਚਾਲਨ ਕੀਤਾ ਜਾ ਰਿਹਾ ਸੀ ਜੋ ਕਿ ਇੱਕ ਬਹੁਤ ਹੀ ਵਧੀਆ ਵਾਈਬ ਦੇ ਰਿਹਾ ਸੀ। ਪੰਜਾਬੀ ਵਾਰੀਅਰ ਕਲੱਬ ਟਬੁੰਬਾ ਹਰੇਕ ਟਿਊਜ਼ਡੇ ਐਂਡ ਫਰਾਈਡੇ ਬੱਚਿਆਂ ਨੂੰ। ਮੇਰੇ ਸਾਹਮਣੇ ਬੈਠੀਆਂ ਨੇ ਜੀ ਦੋ ਭੈਣਾਂ ਜਿਨ੍ਹਾਂ ਦੀਆਂ ਜੀ ਈਗਲ ਆਈ ਇੱਲ ਵਾਲੀਆਂ ਅੱਖਾਂ ਨੇ, ਕਿਉਂਕਿ ਇਹਨਾਂ ਨੇ ਮੈਚ ਦੇ ਉੱਤੇ ਨਿਗਾਹ ਰੱਖੀ ਹੋਈ ਹੈ ਤੇ ਸਕੋਰ ਸ਼ੀਟ ਦੇ ਉੱਤੇ ਸਕੋਰ ਲਿਖ ਰਹੀਆਂ ਨੇ। ਆ ਜਾਓ ਜੀ ਜਾਣਦੇ ਹਾਂ, ਕਿਉਂਕਿ ਸਪੈਸ਼ਲੀ ਜੇ ਦੇਖਿਆ ਜਾਂਦਾ ਮੇਲ ਪ੍ਰਧਾਨ ਹੀ ਹੁੰਦੇ ਨੇ ਤੇ ਸਾਰੇ ਬੈਠੇ ਬੰਦੇ ਹੀ ਸਕੋਰ ਬੋਰਡ ਦੇ ਉੱਤੇ ਸਕੋਰਿੰਗ ਕਰਦੇ ਹੁੰਦੇ ਨੇ ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਭੈਣਾਂ ਨੇ ਇਨੀਸ਼ੀਏਟਿਵ ਲਿਆ। ਗੱਲਬਾਤ ਕਰਦੇ ਹਾਂ, ਕੀ ਨਾਂ ਹੈ ਜੀ ਤੁਹਾਡਾ? ਪ੍ਰਦੀਪ ਕੌਰ। ਅੱਜ ਤੁਸੀਂ ਸਕੋਰ ਬੋਰਡ ਦੇ ਉੱਤੇ ਬੈਠੇ ਹੋ, ਕਿਸ ਤਰੀਕੇ ਦਾ ਲੱਗ ਰਿਹਾ ਤੇ ਕਿੰਨਾ ਕੁ ਤੁਹਾਨੂੰ ਧਿਆਨ ਰੱਖਣ ਦੀ ਲੋੜ ਪੈ ਰਹੀ ਆ? ਬੜਾ ਵਧੀਆ ਫੀਲ ਹੁੰਦਾ, ਇਹ ਹੈਗੀ ਆ ਵੀ ਐਥਲੈਟਿਕ ਮੀਟ ਦੇ ਵਿੱਚ ਜਿਹੜੇ ਵੀ ਬੱਚੇ ਪਾਰਟੀਸਪੇਟ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਨੇਮ ਨੰਬਰ ਲਿਖ ਰਹੇ ਹਾਂ, ਕਹਿਣ ਦੀ ਲੋੜ ਹੀ ਨਹੀਂ ਪੈ ਰਹੀ, ਬੱਚੇ ਆਪ ਹੀ ਇੰਨੇ ਕੁ ਜ਼ਿਆਦਾ ਕੌਨਫੀਡੈਂਸ ਨਾਲ ਆ ਕੇ ਸਾਨੂੰ ਕਹਿ ਰਹੇ ਆ ਵੀ ਸਾਡੇ ਨਾਮ ਲਿਖ ਦਿਓ। ਮੇਰਾ ਨਾਮ ਬਲਜੀਤ ਕੌਰ ਆ ਅਤੇ ਅਸੀਂ ਮਤਲਬ ਕਿ ਰਜਿਸਟ੍ਰੇਸ਼ਨ ਕਰ ਰਹੇ ਹਾਂ ਬੱਚਿਆਂ ਦੀ ਅਤੇ ਨਾਲ ਦੀ ਨਾਲ ਅਸੀਂ ਸਾਰਿਆਂ ਨੂੰ ਮਤਲਬ ਕਿ ਕਰ ਰਹੇ ਹਾਂ, ਸਾਰੇ ਜਣੇ ਰੈਜਿਸਟਰ ਕਰੋ ਹੈ ਨਾ, ਲਾਈਕ ਟੂਮਬਾ ਵਾਰੀਅਰਸ ਦੇ ਲਾਈਕ ਪੇਜ ਨੂੰ ਲਾਈਕ ਕਰੋ ਅਤੇ ਟੀ ਸ਼ਰਟਸ ਅਸੀਂ ਸੈੱਲ ਕਰ ਰਹੇ ਹਾਂ ਹੈ ਨਾ ਜਿਹੜੇ ਮਤਲਬ ਕਿ ਲੈ ਰਹੇ ਹਾਂ, ਅਤੇ ਅਸੀਂ ਬਸ ਰਜਿਸਟ੍ਰੇਸ਼ਨ ਕਰ ਰਹੇ ਹਾਂ ਬੱਚਿਆਂ ਦੀ ਜਿਨ੍ਹਾਂ ਨੇ ਪਾਰਟੀਸਪੇਟ ਕਰਨਾ ਵਾ। ਚਲੋ, ਬੈਸਟ ਵਿਸ਼ਿਜ਼ ਆ ਜੀ ਤੁਹਾਨੂੰ ਅਤੇ ਬੈਸਟ ਆਫ ਲੱਕ ਹੈ, ਅਤੇ ਤੁਸੀਂ ਆਪਣੀ ਨਿਗਾਹਾਂ ਜਿਹੜੀਆਂ ਹੈਗੀਆਂ ਨੇ ਗਰਾਊਂਡ 'ਤੇ ਰੱਖੇ, ਜ਼ਿਆਦਾ ਟਾਈਮ ਨਹੀਂ ਅਸੀਂ ਤੁਹਾਡਾ ਲੈਣਾ ਜੀ, ਕਿਉਂਕਿ ਤੁਹਾਡੀਆਂ ਜਿਹੜੀਆਂ ਨਿਗਾਹਾਂ ਨੇ ਨਾ ਗਰਾਊਂਡ 'ਤੇ ਹੋਣੀਆਂ ਚਾਹੀਦੀਆਂ। ਥੈਂਕ ਯੂ ਜੀ ਤੁਹਾਡਾ 7 ਸੀ ਟੀ ਵੀ ਆਸਟ੍ਰੇਲੀਆ ਨਾਲ ਜੁੜਨ ਲਈ। ਗੁਰੂ ਕਾ ਲੰਗਰ ਅਤੁੱਟ ਵਰਤਿਆ, ਖੇਡ ਮੇਲੇ ਦੇ ਵਿੱਚ ਬਹੁਤ ਸਾਰਾ ਕੁਝ ਖਾਸ ਹੋਇਆ, ਆਓ ਤੁਹਾਨੂੰ ਦਿਖਾਉਂਦੇ ਹਾਂ। ਪੰਜਾਬੀ ਵਾਰੀਅਰ ਟਬੁੰਬਾ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਜੀ ਖੇਡਾਂ ਅਤੇ ਮੈਦਾਨ ਦੇ ਵਿੱਚ ਲੱਗੀਆਂ ਰੌਣਕਾਂ। ਮੇਰੇ ਨਾਲ ਖੜੇ ਨੇ ਜੀ ਪੂਰੀ ਦੀ ਪੂਰੀ ਵਲੰਟੀਅਰ ਟੀਮ ਜਿਹੜੀ ਸਵੇਰ ਤੋਂ ਲੈ ਕੇ ਸੇਵਾ ਨਿਭਾ ਰਹੀ ਹੈ ਜੀ, ਬਹੁਤ ਸਾਰੀਆਂ ਚੀਜ਼ਾਂ
ਜਿਹੜਾ ਕਿ ਲੰਗਰ ਦੇ ਵਿੱਚ ਇਹਨਾਂ ਨੇ ਬਣਾਈਆਂ ਨੇ। ਸਾਰੇ ਵਲੰਟੀਅਰ ਵੀਰ ਮੇਰੇ ਨਾਲ ਖੜ੍ਹੇ ਨੇ, ਤੁਸੀਂ ਦੇਖ ਸਕਦੇ ਹੋ। ਜੇਕਰ ਮੈਂ ਕੈਮਰਾਮੈਨ ਨੂੰ ਕਹਾਂ ਕਿ ਪੂਰਾ ਐਕਸਪੈਂਡ ਕਰਕੇ ਸਾਰੇ ਵੀਰਾਂ ਦੀਆਂ ਜਿਹੜੀਆਂ ਸ਼ਕਲਾਂ ਹੈਗੀਆਂ ਇੱਕ ਵਾਰੀ ਕੈਮਰੇ ਦੇ ਵਿੱਚ ਜ਼ਰੂਰ ਲੈ ਕੇ ਆਉਣ, ਕਿਉਂਕਿ ਵਲੰਟੀਅਰ ਵੀਰ ਜਿੱਥੇ ਵੀ ਜਾਂਦੇ ਆ, ਭੈਣਾਂ ਜਾਂਦੀਆਂ ਨੇ, ਉਹਨਾਂ ਤੋਂ ਬਗੈਰ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਦਾ ਹੈਗਾ। ਸੋ ਸਵੇਰ ਤੋਂ ਲੈ ਕੇ ਹੁਣ ਤੱਕ ਸੇਵਾ ਨਿਭਾਉਣ ਲੱਗੇ ਹੋਏ ਨੇ ਵੀਰ ਮੇਰੇ, ਭੈਣ ਸਾਰੇ ਇਕੱਠੇ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਬਣਾਈਆਂ ਨੇ। ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਸੇਵਾ ਨੂੰ ਨੇਪਰੇ ਚਾੜਨ ਦਾ ਇਹਨਾਂ ਨੂੰ ਬਲ ਮਿਲਿਆ ਅਤੇ ਕਿੰਨੇ ਸਾਰੇ ਵਲੰਟੀਅਰ ਵੀਰ ਇਸ ਸੇਵਾ ਦੇ ਵਿੱਚ ਲੱਗੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਨੇ ਤੁਹਾਡਾ? ਮਨਦੀਪ ਰੰਧਾਵਾ ਜੀ। ਮਨਦੀਪ ਰੰਧਾਵਾ ਜੀ, ਸਵੇਰ ਤੋਂ ਲੈ ਕੇ ਤੁਸੀਂ ਸਾਰੇ ਦੇ ਸਾਰੇ ਵੀਰ ਭੈਣਾਂ ਲੱਗੇ ਹੋਏ ਹੋ ਜੀ ਵਲੰਟੀਅਰ ਸੇਵਾ ਨਿਭਾ ਰਹੇ ਹੋ, ਸੋ ਕੀ ਅੱਜ ਲੰਗਰ ਦੇ ਵਿੱਚ ਬਣਾਇਆ ਤੁਸੀਂ? ਅੱਜ ਜੀ ਲੰਗਰ ਦੇ ਵਿੱਚ ਸਾਡੇ ਕੋਲ ਆਪਣਾ ਪਨੀਰ ਹੈ ਜੀ, ਮਟਰ ਪਨੀਰ, ਚੌਲ ਆ, ਸ਼ਾਹੀ ਪਨੀਰ ਹੈ ਜੀ, ਅਤੇ ਆਪਣਾ ਇਹ ਬਰਫੀ ਬਣਾਈ ਹੋਈ ਹੈ ਚਾਹ ਦੇ ਨਾਲ, ਅਤੇ ਆਪਣਾ ਜਲ ਜੀਰਾ ਪਹਿਲਾਂ ਚੱਲਿਆ ਜਦੋਂ ਗਰਮੀ ਸੀਗੀ, ਅਤੇ ਹੁਣ ਚਾਹ ਚੱਲ ਰਹੀ ਹੈ ਨਾਲ ਬਰਫੀ ਚੱਲ ਰਹੀ ਹੈ। ਅਤੇ ਆਪਣੇ ਵੀਰ ਕੱਲ੍ਹ ਦੇ ਹੀ ਰਾਤ ਦੇ ਹੀ ਲੱਗੇ ਆ ਜੀ ਬੇਸਣ ਬਣਾਉਣ, ਅਤੇ ਤਿਆਰੀਆਂ ਨਾਲ ਕੱਲ੍ਹ ਰਾਤ ਦੀਆਂ ਸ਼ੁਰੂ ਕੀਤੀਆਂ ਨੇ, ਅਤੇ ਹੁਣ ਸਵੇਰੇ ਸਾਰਾ ਇਹਨਾਂ ਨੇ ਕੰਪਲੀਟ ਕੀਤਾ ਜੀ। ਬੇਸਣ ਵਾਕਈ ਬਹੁਤ ਸਵਾਦ ਆ, ਕਿਉਂਕਿ ਮੈਂ ਚਾਹ ਪੀਤੀ ਹੈ, ਚਾਹ ਵੀ ਬਹੁਤ ਟੇਸਟੀ ਬਣਾਈ ਹੋਈ ਸੀਗੀ, ਕਿਉਂਕਿ ਕੋਈ ਵੀ ਕੰਮ ਕਾਰ ਹੁੰਦਾ ਤਾਂ ਉਹਦੇ ਪਿੱਛੇ ਮਿਹਨਤ ਬਹੁਤ ਲੱਗਦੀ ਹੈ। ਤੁਸੀਂ ਕਿਸ ਤਰੀਕੇ ਨਾਲ ਆਪਣਾ ਟਾਈਮ ਕੱਢ ਰਹੇ ਹੋ ਸੇਵਾ ਨਿਭਾਉਣ ਦੇ ਲਈ? ਇਹ ਜੀ ਵੀਰ ਆਪਣੇ ਗੁਰਦੁਆਰਾ ਸਾਹਿਬ ਰੈਗੂਲਰਲੀ ਸੇਵਾ ਕਰਦੇ ਨੇ, ਜੱਸਾ ਬਾਈ ਆ, ਰਵੀ ਆ, ਆਪਣੇ ਢਿੱਲੋਂ ਸਾਹਿਬ ਨੇ, ਅਤੇ ਇੱਧਰ ਚੰਨਣ ਬਾਈ ਆ, ਬਾਈ ਦਾ ਮੈਨੂੰ ਨਾਂ ਨਹੀਂ ਆਉਂਦਾ, ਪਰ ਸੇਵਾ ਐਵਰੀ ਸੰਡੇ ਜਿਹੜੇ ਆ ਗੁਰਦੁਆਰਾ ਸਾਹਿਬ। ਇੱਧਰ ਆਪਣੇ ਸਾਰੇ ਵੀਰ ਆ ਉਹ ਗੁਰੂ ਸਾਹਿਬ ਦੇ ਸੇਵਾ ਨਿਭਾਉਂਦੇ ਨੇ ਜ਼ਿਆਦਾ, ਅਤੇ ਇਹ ਆਪਣੇ ਵੀਰ ਜਿਹੜੇ ਲੰਗਰ ਦੀ ਸੇਵਾ ਕਰਦੇ ਆ, ਇਹ ਸਾਰੇ ਐਵਰੀ ਸੰਡੇ ਮੋਰਨਿੰਗ ਅਰਲੀ ਮੋਰਨਿੰਗ 'ਚ ਆ ਜਾਂਦੇ ਆ ਜੀ, ਅਤੇ ਉੱਥੇ ਆਪਣੇ ਵਲੰਟਰਲੀ ਕੰਮ ਕਰਦੇ ਸੇਵਾ। ਬਹੁਤ ਹੀ ਵਧੀਆ ਜੀ, ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਲੱਗੇ ਹੋਏ ਹੋ, ਬਹੁਤ ਸਾਰੀ ਆਈ ਥਿੰਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਚੁੱਕੀ ਹੈ ਅਤੇ ਸੇਵਾ ਨਿਭਾ ਚੁੱਕੀ ਹੈ ਆਪਣੀ, ਅਤੇ ਲੰਗਰ ਛਕ ਚੁੱਕੀ ਹੈ। ਸੋ ਸਾਰੇ ਵੀਰਾਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ, ਜਿਹੜੇ ਇਸ ਨਿਸ਼ਕਾਮ ਸੇਵਾ ਦੇ ਵਿੱਚ ਲੱਗੇ ਹੋਏ ਹੋ। ਉਮੀਦ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਬਲ ਬਖਸ਼ੇ, ਦਿਨ ਦੁੰਗੜੀ ਅਤੇ ਰਾਤ ਚੌਗੜੀ ਤਰੱਕੀ ਦੇਵੇ। ਧੰਨਵਾਦ ਜੀ ਤੁਹਾਡਾ। ਥੈਂਕ ਯੂ ਵੈਰੀ ਮੱਚ ਜੀ। ਥੈਂਕ ਯੂ ਜੀ। ਵੈਸਟਰਨ ਸੱਭਿਆਚਾਰ ਦੇ ਵਿੱਚ ਜ਼ਿਆਦਾ ਰਹਿੰਦੇ ਹਾਂ, ਪਰ ਜਦੋਂ ਕੋਈ ਮੇਲੇ ਹੁੰਦੇ ਨੇ ਜਾਂ ਕੋਈ ਈਵੈਂਟਸ ਹੁੰਦੇ ਨੇ ਤਾਂ ਭੈਣਾਂ ਨੂੰ ਬਹੁਤ ਸ਼ੌਂਕ ਚੜ੍ਹਦਾ ਆਪਣੇ ਪੰਜਾਬੀ ਪਹਿਰਾਵੇ ਨੂੰ ਦਰਸਾਉਣ ਦੇ ਲਈ ਅਤੇ ਗਹਿਣੇ ਗੱਟੇ ਪਾਉਣ ਦੇ ਲਈ। ਮੇਰੇ ਨਾਲ ਬਹੁਤ ਸੋਹਣੀਆਂ ਖੂਬਸੂਰਤ ਮੁਟਿਆਰਾਂ ਬੈਠੀਆਂ, ਜਿਨ੍ਹਾਂ ਨੇ ਸੋਹਣੇ ਸੋਹਣੇ ਸੂਟ ਪਾਇਆ, ਨਾਲ ਪੰਜਾਬੀ ਜੁੱਤੀ ਵੀ ਪਾਈ ਆ। ਈਵਨ ਕਿ ਉਹ ਗਰਾਊਂਡ ਦੇ ਵਿੱਚ ਆਈਆਂ ਹੋਈਆਂ ਨੇ ਪਰ ਫਿਰ ਵੀ ਸੂਟ ਦੇ ਨਾਲ ਪੰਜਾਬੀ ਜੁੱਤੀ ਨੂੰ ਮੈਚਿੰਗ ਕਰਕੇ ਆਈਆਂ ਹੋਈਆਂ ਨੇ। ਅੱਛਾ, ਇੱਕ ਪਾਸੇ ਦਾ ਜਲ ਜੀਰੇ ਦਾ ਉਹ ਚੱਲਦਾ ਹੈ ਨਾ, ਲੰਗਰ ਚੱਲਦਾ, ਇੱਕ ਪਾਸੇ ਚਾਹ, ਤੁਸੀਂ ਕੀ ਪੀਤਾ ਖਾਧਾ? ਚਾਹ ਪੀਤੀ ਹੈ ਬਰਫੀ ਦੇ ਨਾਲ। ਬਰਫੀ ਦੇ ਨਾਲ ਚਾਹ ਪੀਤੀ? ਹਾਂਜੀ। ਅਤੇ ਹੁਣ ਫਿਰ ਲੰਗਰ ਦੀ ਤਿਆਰੀ ਆ? ਤਿਆਰੀ ਆ। ਛੱਕ ਕੇ ਜਾਓਗੇ ਪ੍ਰਸ਼ਾਦਾ? ਹਾਂਜੀ ਹਾਂਜੀ। ਛੱਕ ਕਿੰਨੇ ਪ੍ਰਸ਼ਾਦੇ ਛਕਣੇ? ਭੁੱਖ ਲੱਗੀ ਆ? ਭੁੱਖ ਤਾਂ ਲੱਗੀ ਆ। ਠੀਕ ਹੈ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ? ਵਧੀਆ ਜੀ। ਤੁਸੀਂ ਬੜੇ ਸੋਹਣੇ ਲੱਗ ਰਹੇ ਹੋ, ਤਿਆਰ ਤਿਉਰ ਹੋ ਕੇ ਆਏ ਹੋ। ਕਿੰਨਾ ਕੁ ਤੁਹਾਨੂੰ ਮਤਲਬ ਕਿ ਫੀਲ ਹੁੰਦਾ ਕਿ ਅਜਿਹੇ ਈਵੈਂਟਸ ਦੇ ਵਿੱਚ ਤੁਹਾਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ? ਹਾਂਜੀ, ਵਧੀਆ ਵਧੀਆ ਉਪਰਾਲਾ ਟੁਬੰਬਾ ਕਮਿਊਨਿਟੀ ਵੱਲੋਂ
ਇੱਦਾਂ ਦੇ ਹੋਣੇ ਚਾਹੀਦੇ ਆ ਮੇਲੇ, ਬੱਚਿਆਂ ਨੂੰ ਇਨਕਰੇਜਮੈਂਟ ਮਿਲਦੀ ਹੈ ਇੱਦਾਂ, ਹੈ ਨਾ ਵੀ ਹੋਰ ਵੱਧ ਤੋਂ ਵੱਧ ਹੋਣ, ਵਧੀਆ ਸਪੋਰਟ ਕਰਦੇ ਹਾਂ ਜੀ ਅਸੀਂ। ਹਾਂਜੀ ਜੀ ਭੈਣੇ, ਤੁਹਾਡੇ ਕੋਲ ਵੀ ਮਾਈਕ ਆ ਰਿਹਾ, ਥੱਲੇ ਨੂੰ ਮੂੰਹ ਨਹੀਂ ਕਰਨਾ। ਅੱਛਾ, ਨਾਮ ਦੱਸੋ ਆਪਣਾ ਕੀ ਆ? ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਅਮਨਪ੍ਰੀਤ। ਅਮਨਪ੍ਰੀਤ ਜੀ, ਤੁਸੀਂ ਸੂਟ ਬਹੁਤ ਸੋਹਣਾ ਪਾਇਆ ਹੋਇਆ ਹੈ। ਅੱਛਾ, ਇੱਥੇ ਆਏ ਹੋ ਤੁਸੀਂ, ਲੰਗਰ ਦਾ ਪੂਰਾ ਪ੍ਰਬੰਧ ਹੈ, ਤੁਸੀਂ ਦੱਸੋ ਕੀ ਖਾਧਾ ਪੀਤਾ? ਅਸੀਂ ਸੁਬਹਾ ਗੁਰੂ ਘਰ ਗਏ ਸੀ, ਉੱਥੇ ਹੀ ਛਕਿਆ ਪ੍ਰਸ਼ਾਦਾ ਪਾਣੀ। ਪਰ ਹਾਂਜੀ, ਅਰੇਂਜਮੈਂਟ ਹੈਗਾ ਸਾਰਿਆਂ ਲਈ, ਜਿਹੜੇ ਬੱਚੇ ਜਾਂ ਬੱਚੇ ਪਾਰਟੀਸਪੇਟ ਕਰ ਰਹੇ ਆ ਜਾਂ ਵੱਡੇ ਪਾਰਟੀਸਪੇਟ ਕਰ ਰਹੇ ਆ, ਉਹ ਤਾਂ ਸਵੇਰ ਦੇ ਇੱਥੇ ਬਿਜ਼ੀ ਆ, ਫਿਰ ਉਹਨਾਂ ਲਈ ਅਰੇਂਜਮੈਂਟ ਹੈਗਾ ਸਾਰੀ ਸੰਗਤ ਵੱਲੋਂ। ਹਾਂਜੀ, ਟੁਬੰਬਾ ਦੇ ਵਿੱਚ ਪਹਿਲੀ ਵਾਰ ਤੁਸੀਂ ਅਜਿਹਾ ਖੇਡ ਮੇਲਾ ਦੇਖ ਰਹੇ ਹੋ? ਨਹੀਂ, ਆਈ ਥਿੰਕ ਇਟ ਇਜ਼ ਸੈਕਿੰਡ ਟਾਈਮ। ਫਸਟ ਇਟ ਵਾਜ਼ ਇਨ ਦਿਸ ਈਅਰ, ਵਾਲੀਬਾਲ ਸੀਗਾ ਵੱਡਿਆਂ ਦਾ ਸੀਗਾ, ਪਰ ਬੱਚਿਆਂ ਦਾ ਆਈ ਥਿੰਕ ਇਟਸ ਫਸਟ ਟਾਈਮ ਨਾਓ, ਐਂਡ ਇਟਸ ਵੈਰੀ ਇਨਕਰੇਜਿੰਗ ਫੋਰ ਦਾ ਕਿਡਸ। ਆਈ ਥਿੰਕ ਟਬੂੰਬਾ ਦੇ ਵਿੱਚ ਆਪਣੇ 300-400 ਜਿਹੜੀਆਂ ਫੈਮਲੀਜ਼ ਆ ਪੰਜਾਬੀ, ਹੈ ਨਾ, ਜ਼ਿਆਦਾ ਟਬੂੰਬਾ ਬਹੁਤ ਹੀ ਸੋਹਣਾ ਸ਼ਹਿਰ ਆ, ਪਰ ਇੱਥੇ ਪੰਜਾਬੀ ਕਮਿਊਨਿਟੀ ਜਿਹੜੀ ਹੈਗੀ ਆ ਬਹੁਤ ਸੀਮਤ ਹੈ, ਪਰ ਜਿੰਨੀ ਕੁ ਵੀ ਹੈਗੀ ਆ ਬਹੁਤ ਪਿਆਰੀ ਕਮਿਊਨਿਟੀ ਹੈ, ਅਤੇ ਬਹੁਤ ਵਧੀਆ ਉਪਰਾਲੇ ਕਰ ਰਹੇ ਨੇ ਸਾਡੇ ਸੱਭਿਆਚਾਰ ਨੂੰ, ਸਾਡੇ ਗੇਮਾਂ ਨੂੰ, ਸਾਡੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ। ਸੋ ਮੇਰੀਆਂ ਭੈਣਾਂ ਨੇ ਟਾਈਮ ਕੱਢਿਆ 7C TV ਆਸਟ੍ਰੇਲੀਆ ਦੇ ਨਾਲ ਗੱਲਬਾਤ ਕਰਨ ਲਈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।